ਬਿਆਨ ਇਹੋ ਜਿਹਾ ਨਹੀਂ ਸੀ। ਬੰਦੀ ਸਿੰਘਾਂ ਦੀ ਰਿਹਾਈ ਨੂੰ ਮੇਰੇ ਖਿਆਲ ਚੋਣ ਮੁੱਦਾ ਬਣਾਉਣਾ ਚਾਹੀਦਾ ਕਿਉਂਕਿ ਇਹ ਮਾਨਵੀ ਅਧਿਕਾਰਾਂ ਨਾਲ ਜੁੜਿਆ ਮਸਲਾ ਹੈ। ਇਹ ਆਪਾਂ ਪੰਜਾਬ ਦੇ ਜਿਹੜੇ ਨੈਚੁਰਲ ਸੋਰਸਿਸ ਨੇ, ਸਰੋਤ ਨੇ, ਉਹਨਾਂ ਦੀ ਰੱਖਿਆ ਹੋਣੀ ਚਾਹੀਦੀ ਹੈ। ਪੰਜਾਬ ਦੇ ਵਿੱਚ ਜਿਹੜਾ ਜ਼ਮੀਨਾਂ ਦੀ ਮਾਲਕੀ ਜਿਹੜੀ ਹੈ ਪੰਜਾਬੀਆਂ ਕੋਲ ਹੋਣੀ ਚਾਹੀਦੀ ਹੈ, ਨੌਕਰੀਆਂ ਪੰਜਾਬੀਆਂ ਕੋਲ ਹੋਣੀਆਂ ਚਾਹੀਦੀਆਂ ਅਤੇ ਸਟੇਟ ਦੇ ਲੋਕਾਂ ਦੀ ਮੰਗ ਹੈ, ਸਟੇਟ ਦੇ ਲੋਕਾਂ ਦੀ ਭਾਵਨਾ, ਉਹਦੀ ਭਾਵਨਾ ਦੇ ਮੁਤਾਬਕ ਹੀ ਚੋਣ ਪੱਤਰ ਮਨੋਰਥ ਪੱਤਰ ਬਣਨੇ ਚਾਹੀਦੇ। ਕਿਤੇ ਨਾ ਕਿਤੇ ਸਿੱਖਾਂ ਦੇ ਹਿੱਤਾਂ ਦੀ ਗੱਲ ਆਉਂਦੀ ਹੈ ਅਤੇ ਉੱਥੇ ਅੱਖਾਂ ਬੰਦ ਕਰ ਲੈਂਦੀ ਹੈ ਔਰ ਇਹ ਚੰਗੀ ਗੱਲ ਨਹੀਂ। ਸਿੱਖ ਕੌਮ ਦੇ ਵੱਖ ਵੱਖ ਮਸਲਿਆਂ ਨੂੰ ਲੈ ਕੇ ਸਾਡੇ ਨਾਲ ਗੱਲ ਕਰਨ ਲਈ ਮੌਜੂਦ ਹੈਗੇ ਨੇ ਦਮਦਮਾ ਸਾਹਿਬ ਤੋਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਗੱਲ ਕਰਾਂਗੇ। ਤਾਂ ਸਭ ਤੋਂ ਪਹਿਲਾਂ ਫਤਿਹ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਖਾਲਸਾ ਫਤਿਹ ਜੀ। ਸਿੰਘ ਸਾਹਿਬ ਜੀ, ਸਭ ਤੋਂ ਪਹਿਲਾਂ ਤਾਂ ਬੇਅਦਬੀਆਂ ਨੂੰ ਲੈ ਕੇ ਕਾਫੀ ਵੱਡਾ ਇੱਕ ਮੁੱਦਾ ਬਣਿਆ ਹੋਇਆ, ਆਏ ਦਿਨ ਬੇਅਦਬੀ ਹੁੰਦੀ ਆ, ਤਾਂ ਕਿਵੇਂ ਵੇਖਦੇ ਹੋ ਕਿਉਂ ਪ੍ਰਸ਼ਾਸਨ, ਜੇ ਗੱਲ ਕਰ ਲਈਏ ਪ੍ਰਸ਼ਾਸਨ ਦੇ ਨਾਲ ਨਾਲ ਸਿੱਖ ਕੌਮ ਇਸ ਚੀਜ਼ ਉੱਤੇ ਕਿਉਂ ਨਹੀਂ ਧਿਆਨ ਦੇ ਪਾ? ਕਿਤੇ ਨਾ ਕਿਤੇ ਪ੍ਰਸ਼ਾਸਨ ਔਰ ਸਰਕਾਰਾਂ ਦੀ ਨਾਕਾਮੀ ਹੈ ਕਿ ਆਏ ਦਿਨ ਕੋਈ ਨਾ ਕੋਈ ਘਟਨਾ ਜਿਹੜੀ ਹੈ ਵਾਪਰਦੀ ਹੈ। ਸਰਕਾਰਾਂ ਨੂੰ ਸਖ਼ਤ ਤੋਂ ਸਖ਼ਤ ਕਾਨੂੰਨ ਬਣਾ ਕੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ। ਕਿਵੇਂ ਵੇਖਦੇ ਕਿ ਜੋ ਖਾਸ ਤੌਰ ਦੇ ਉੱਤੇ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਾਸ ਤੌਰ ਦੇ ਉੱਤੇ ਕੀ ਇਹੋ ਜਿਹੇ ਕੋਈ ਤਰੀਕੇ ਅਪਣਾਏ ਜਿਸ ਤਰੀਕੇ ਦੇ ਨਾਲ ਜੋ ਬੇਅਦਬੀਆਂ ਨੇ ਉਹ ਰੁਕ ਸਕਣ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਂ ਸਮੇਂ ਸਿੱਖ ਪੰਥ ਨੂੰ, ਸਿੱਖਾਂ ਨੂੰ ਅਵੇਅਰ ਕਰਦੀ ਰਹਿੰਦੀ ਹੈ। ਉਹਦੀ ਡਿਊਟੀ ਹੈ ਅਖਬਾਰਾਂ ਰਾਹੀਂ, ਇਸ਼ਤਿਹਾਰਾਂ ਰਾਹੀਂ, ਪ੍ਰਚਾਰਕ ਸਾਹਿਬਾਨਾਂ ਦੁਆਰਾ ਤਾਂ ਅਵੇਅਰ ਹੋਣਾ ਚਾਹੀਦਾ ਜੀ। ਨਾਲ ਨਾਲ ਬੰਦੀ ਸਿੰਘਾਂ ਨੂੰ ਲੈ ਕੇ ਇੱਕ ਕਾਫੀ ਜ਼ਿਆਦਾ ਪਿਛਲੇ ਸਮੇਂ ਤੋਂ ਕਾਫੀ ਜ਼ਿਆਦਾ ਮੁੱਦਾ ਛਿੜਿਆ ਹੋਇਆ, ਪਰ ਹਜੇ ਤੱਕ ਕੋਈ ਨਿਆਂ ਨਹੀਂ ਮਿਲ ਰਿਹਾ। ਸਰਕਾਰਾਂ ਵੀ ਚੁੱਪ ਨੇ, ਸਰਕਾਰਾਂ ਵੱਲੋਂ ਬਿਆਨ ਵੀ ਦਿੱਤੇ ਜਾਂਦੇ ਨੇ, ਪਰ ਸਿੱਖ ਕੌਮ ਦੇ ਸਿੱਖਾਂ ਦੇ ਹੱਕ ਦੇ ਵਿੱਚ ਕੋਈ ਵੀ ਬਿਆਨ ਇਹੋ ਜਿਹਾ ਨਹੀਂ। ਬੰਦੀ ਸਿੰਘਾਂ ਦੀ ਰਿਹਾਈ ਨੂੰ ਮੇਰੇ ਖਿਆਲ ਚੋਣ ਮੁੱਦਾ ਬਣਾਉਣਾ ਚਾਹੀਦਾ ਹੈ ਕਿਉਂਕਿ ਇਹ ਮਾਨਵੀ ਅਧਿਕਾਰਾਂ ਨਾਲ ਜੁੜਿਆ ਮਸਲਾ ਹੈ ਅਤੇ ਇਹਨੂੰ ਉਠਾਉਣਾ ਚਾਹੀਦਾ ਵੱਧ ਤੋਂ ਵੱਧ। ਲੋਕ ਸਭਾ ਚੋਣ ਆ ਗਏ ਨੇ ਤਾਂ ਲੋਕ ਸਭਾ ਚੋਣਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਕੁਛ ਇਹੋ ਜਿਹਾ ਖਾਸ ਤੌਰ ਦੇ ਉੱਤੇ ਜੋ ਸਿੱਖ ਕੌਮ ਵਾਸਤੇ ਕੋਈ ਖਾਸ ਮੈਨੀਫੈਸਟੋ ਦੇ ਵਿੱਚ ਕੋਈ ਇਹੋ ਜਿਹੀਆਂ ਗੱਲਾਂ ਪਾਉਣੀਆਂ ਚਾਹੀਦੀਆਂ ਨੇ ਉਹਨੂੰ ਕਿ ਜਿੰਨਾ ਸਿੱਖ ਕੌਮ ਦਾ ਵੀ ਪਲਾ ਹੋ? ਕਿਉਂਕਿ ਪੰਜਾਬ ਸਿੱਖ ਬਹੁਲਤਾ ਵਾਲਾ ਸੂਬਾ ਹੈ, ਪੰਜਾਬ ਦੇ ਪਾਣੀਆਂ ਦੀ ਰੱਖਿਆ ਹੋਣੀ ਚਾਹੀਦੀ ਹੈ। ਮੈਂ ਪੰਜਾਬ ਦੇ ਲੋਕਾਂ ਦੀ ਗੱਲ ਕਰਾਂਗਾ ਤਾਂ ਪੰਜਾਬ ਦੇ ਪਾਣੀਆਂ ਦੀ ਰੱਖਿਆ ਹੋਣੀ ਚਾਹੀਦੀ ਹੈ। ਪੰਜਾਬ ਦੇ ਜਿਹੜੇ ਨੈਚੁਰਲ ਸੋਰਸਿਸ ਨੇ, ਸਰੋਤ ਨੇ, ਉਹਨਾਂ ਦੀ ਰੱਖਿਆ ਹੋਣੀ ਚਾਹੀਦੀ ਹੈ। ਪੰਜਾਬ ਦੇ ਵਿੱਚ ਜਿਹੜਾ ਜ਼ਮੀਨਾਂ ਦੀ ਮਾਲਕੀ ਜਿਹੜੀ ਹੈ ਪੰਜਾਬੀਆਂ ਕੋਲ ਹੋਣੀ ਚਾਹੀਦੀ ਹੈ, ਨੌਕਰੀਆਂ ਪੰਜਾਬੀਆਂ ਕੋਲ ਹੋਣੀਆਂ ਚਾਹੀਦੀਆਂ ਅਤੇ ਸਟੇਟ ਦੇ ਲੋਕਾਂ ਦੀ ਮੰਗ ਹੈ, ਸਟੇਟ ਦੇ ਲੋਕਾਂ ਦੀ ਭਾਵਨਾ, ਉਹਦੀ ਭਾਵਨਾ ਦੇ ਮੁਤਾਬਕ ਹੀ ਚੋਣ ਪੱਤਰ ਮਨੋਰਥ ਪੱਤਰ ਬਣਨੇ ਚਾਹੀਦੇ। ਸਿਆਸੀ ਧਿਰ ਨੇ ਵੱਖ ਵੱਖ ਬਿਆਨ ਜੋ ਕਹਿ ਸਕਦੇ ਹਾਂ ਕਿ ਸਾਹਮਣੇ ਲੈ ਕੇ ਆ ਰਹੇ ਨੇ, ਕੋਈ ਪਾਰਟੀਬਾਜ਼ੀ ਛੱਡ ਰਹੇ ਨੇ, ਪਰ ਆਪਣੇ ਨਿੱਜੀ ਫਾਇਦਿਆਂ ਵਾਸਤੇ ਜੋ ਕਿਤੇ ਨਾ ਕਿਤੇ ਪੰਜਾਬ ਦਾ ਇੱਕ ਭਲਾ ਵੀ ਕਹਿ ਸਕਦੇ ਕਿ ਨਹੀਂ, ਉਹ ਤਾਂ ਮਨੁੱਖੀ ਮਨਾ ਜਿਹੜਾ ਆਚਰਣ ਦਾ ਮਿਆਰ ਆ ਉਹਦੇ ਵਿੱਚ ਗਿਰਾਵਟ ਆਈ ਹੈ ਕਿ ਕੋਈ ਲਾਲਚ ਵੱਧ ਗਿਆ, ਹੈ ਤਾਂ ਆਪਣੇ ਪਿਆਰੇ ਹੋ ਗਿਆ, ਉਹਦੇ ਕਰਕੇ ਸਾਰਾ ਕੁਛ। ਭਾਈ ਅੰਮ੍ਰਿਤਪਾਲ ਹੋਣਾ ਦੇ ਪਰਿਵਾਰ ਦੇ ਨਾਲ ਵੀ ਕਿਤੇ ਨਾ ਕਿਤੇ ਸਰਕਾਰ ਵੱਲੋਂ ਜੋ ਉਹਨਾਂ ਦੀ ਗ੍ਰਿਫਤਾਰੀ ਵੀ ਕਰਵਾਈ ਗਈ, ਉਹ ਧੱਕਾ ਹੈਗਾ ਜੀ, ਨਹੀਂ ਹੋਣਾ ਚਾਹੀਦਾ ਸੀਗਾ, ਗ੍ਰਿਫਤਾਰੀਆਂ ਉਹਨਾਂ ਦੀਆਂ ਧੱਕਾ ਹੈ ਜੀ। ਇਸ ਤਰੀਕੇ ਦੇ ਨਾਲ ਕਿਉਂਕਿ ਕਾਫੀ ਜ਼ਿਆਦਾ ਕੌਮ ਦੇ ਮੁੱਦੇ ਜੋ ਇਹੋ ਜਿਹੇ ਕਾਫੀ ਪੱਖੇ ਨੇ, ਪਰ ਸਰਕਾਰਾਂ, ਕੇਂਦਰ ਦੀਆਂ ਸਰਕਾਰਾਂ ਖਾਸ ਤੌਰ ਤੇ ਨਹੀਂ ਸੁਣਦੀਆਂ ਕਿਉਂਕਿ ਕਿਸਾਨੀ ਦਾ ਮੁੱਦਾ ਵੀ ਇੱਕ ਖਾਸ ਹੈ। ਸਰਕਾਰ ਕੋਈ ਵੀ ਹੋਵੇ ਜੀ, ਕਿਤੇ ਨਾ ਕਿਤੇ ਸਿੱਖਾਂ ਦੇ ਹਿੱਤਾਂ ਦੀ ਗੱਲ ਆਉਂਦੀ ਹੈ ਤੇ ਉੱਥੇ ਅੱਖਾਂ ਬੰਦ ਕਰ ਲੈਂਦੀ ਹੈ ਔਰ ਇਹ ਚੰਗੀ ਗੱਲ ਨਹੀਂ। ਨੌਜਵਾਨ ਪੀੜ੍ਹੀ ਆ ਉਹ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਚੋਣਾਂ ਹੋਣੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ, ਤਾਂ ਨੌਜਵਾਨ ਪੀੜ੍ਹੀ ਕਿਤੇ ਨਾ ਕਿਤੇ ਕਾਫੀ ਅਵੇਅਰ ਨਹੀਂ ਹੈਗੀ ਇਸ ਚੀਜ਼ ਨੂੰ ਲੈ ਕੇ, ਤਾਂ ਉਹਨਾਂ ਇਹ ਸਾਡੀ ਤਰਾਸਦੀ ਹੈ ਕਿ ਵੋਟਾਂ ਵੱਧ ਤੋਂ ਵੱਧ ਸਿੱਖਾਂ ਨੂੰ ਬਣਾਉਣੀਆਂ ਚਾਹੀਦੀਆਂ ਨੇ, ਵੱਧ ਤੋਂ ਵੱਧ ਨੁਮਾਇੰਦਗੀ ਇਸ ਪੰਥਕ ਸੰਸਥਾ ਦੇ ਵਿੱਚ ਆਪਣੀ ਦੇਣੀ ਚਾਹੀਦੀ। ਸਮਝਦੇ ਹੋ ਕਿ ਜੋ ਲੋਕ ਸਭਾ ਚੋਣ ਆ ਕਿ ਇਹਦਾ ਵੀ ਇੱਕ ਅਹਿਮ ਰੋਲ ਰਹਿ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਣੀਆਂ ਨੇ, ਕਿਉਂਕਿ ਜਿਸ ਤਰੀਕੇ ਦੇ ਨਾਲ ਨੌਜਵਾਨ ਪੀੜ੍ਹੀ ਕਾਫੀ ਜ਼ਿਆਦਾ ਦੂਰ ਹੁੰਦੀ ਜਾ ਰਹੀ, ਵਿਸ਼ਵਾਸ ਉੱਡਦਾ ਜਾ ਰਿਹਾ ਜੀ? ਨਹੀਂ, ਮੈਨੂੰ ਇਹਦੇ ਬਾਰੇ ਨਹੀਂ ਕੋਈ ਨੌਲੇਜ ਕਿ ਕੀ ਇਹਦਾ ਅਸਰ ਪਏਗਾ, ਇਹਦੇ ਬਾਰੇ ਮੈਂ ਕੁਛ ਨਹੀਂ ਕਹਿ ਸਕਦਾ ਜੀ।
ਸਮਝੀ ਵਿਸਾਖੀ ਆ ਰਹੀ ਹੈ ਤਾਂ ਉਸ ਨੂੰ ਲੈ ਕੇ ਕੀ ਅੱਗੇ ਆਉਣ ਵਾਲੇ ਜਿਹੜੇ ਜੋ ਪ੍ਰੋਗਰਾਮ ਹੈਗੇ ਨੇ ਜੋ ਸਿੱਖ ਕੌਮ ਦੇ? ਵਿਸਾਖੀ ਦੀ ਤਾਂ ਇਹੋ ਖੰਡੇ ਪਾਠੀ ਦੀ ਪੌਲ ਛਕੋ, ਗੁਰੂ ਵਾਲੇ ਬਣੋ, ਬਾਣੀ ਪੜੋ, ਬਾਣੀ ਦੇ ਧਾਰਨੀ ਬਣੋ। ਠੀਕ ਹੈ, ਦੇਖਿਆ ਸੰਤ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਤਾਂ ਉਹਨਾਂ ਦੇ ਨਾਲ ਕੋਈ ਖਾਸ ਗੱਲਬਾਤ ਜੋ ਆ ਸਾਡੇ ਵੱਲੋਂ ਉਹ ਸਾਂਝੀ ਕੀਤੀ ਗਈ। ਕੈਮਰਾਮੈਨ ਸੰਦੀਪ ਕੁਮਾਰ ਤੇ ਨਾਲ ਅਕਸ਼ਰ ਸੁਨਕ, ਜਗਬਾਣੀ ਟੀਵੀ, ਸ਼੍ਰੀ ਅੰਮ੍ਰਿਤਸਰ ਸਾਹਿਬ।